ਜੇਕਰ ਤੁਸੀਂ ਵੀ ਵਿਦੇਸ਼ ਜਾ ਕੇ ਡਾਲਰ ਕਮਾਉਣ ਦੀ ਸੋਚ ਰਹੇ ਹੋ ਤਾਂ ਜ਼ਰਾ ਠਹਿਰ ਜਾਓ, ਪਹਿਲਾਂ ਇਹਨਾਂ ਨੌਜਵਾਨਾਂ ਦੇ ਹਾਲ ਦੇਖ ਲਓ। ਕਿਵੇਂ ਸਹਾਰਾ ਦੇ ਰੇਗਿਸਤਾਨ ਵਾਂਗ ਪਹਾੜਾਂ ਦੇ ਵਿੱਚ ਫਸੇ ਇਹ ਨੌਜਵਾਨ ਰੁੜਦੇ ਫਿਰਦੇ ਨੇ, ਨਾ ਹੀ ਖਾਣ ਨੂੰ ਰੋਟੀ ਹੈ ਤੇ ਨਾ ਹੀ ਪੀਣ ਨੂੰ ਪਾਣੀ। ਚੰਗੇ ਭਵਿੱਖ ਲਈ ਨੌਜਵਾਨ ਅਰਮੀਨੀਆ ਗਏ ਸੀ, ਪਰ ਉੱਥੇ ਜੋ ਉਹਨਾਂ ਦੇ ਨਾਲ ਸਲੂਕ ਹੋ ਰਿਹਾ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਆਪ ਹੀ ਦੇਖ ਲਓ। ਵੀਰੇ ਅਰਮੀਨੀਆ 'ਚ ਆਏ ਸੀਗੇ, ਏਜੰਟਾਂ ਨੇ ਇੱਕ ਕੰਮ 'ਤੇ ਭੇਜਿਆ ਸੀ, ਉਹਦਾ ਕੁਝ ਹੋਇਆ ਨਹੀਂ, ਕੰਮ ਕੁੰਮ ਦਾ ਐਸਾ ਵੈਸਾ ਹੀ ਹਾਲ ਆ, ਨਾ ਹੁਣ ਕੋਈ ਟੈਕਸੀ ਵੱਜਦੀ ਆ, ਤੁਰ ਕੇ ਜਾ ਰਹੇ ਹਾਂ ਬਾਈ, ਪਹਾੜਾਂ 'ਚ ਛੱਡਤਾ, ਕੁਝ ਨਹੀਂ ਗਾਲੇ ਦਾਲੇ ਦੇਖ ਲਓ ਬਾਈ, ਕੁਝ ਨਹੀਂ ਹੈਗਾ, ਠੀਕ ਆ, ਨਾ ਕੋਈ ਟੈਕਸੀ ਵੱਜਦੀ ਆ, ਤੁਰੇ ਜਾਂਦੇ ਹਾਂ ਸਾਰੇ ਜਾਣੇ। ਦੱਸ ਬਾਈ, ਭੁੱਖੇ ਤੁਰੇ ਹਾਂ ਯਾਰ, ਭੁੱਖੇ ਤੁਰੇ ਹੋਏ ਹਾਂ ਬਾਈ, ਇੱਥੇ ਕੋਈ ਹਾਲ ਨਹੀਂ, ਦੇਖ ਲਓ ਬਾਈ ਅਰਮੀਨੀਆ 'ਚ ਤੁਰੇ ਜਾ ਰਹੇ ਹਾਂ ਰੋਡ 'ਤੇ, ਨਾ ਕੋਈ ਟੈਕਸੀ ਦਾ, ਇੱਥੇ ਟੈਕਸੀ ਵੱਜਦੀ ਆ, ਨਾ ਕੁਛ ਹੋਰ ਆ, ਪਹਾੜਾਂ ਦੇ ਵਿੱਚ ਭੈਣ ਦਾ ਸਾਨੂੰ ਏਜੰਟਾਂ ਦੇ ਚੱਕਰਾਂ ਦੇ ਵਿੱਚ ਪਾਤਾ, ਕਹਿੰਦੇ ਕੰਮ ਆ ਉੱਥੇ, ਕੰਮ ਆ ਬਾਈ, 3 ਦਿਨ ਲਾਏ ਨਾ ਕੁਛ ਮਿਲਿਆ, ਵਾਸਤਾ ਰੋਟੀ ਵੀ ਨਹੀਂ ਮਿਲਦੀ, ਹੁਣ ਪਾਣੀ ਦੇ ਲੱਭਦੇ ਕਿੱਥੇ ਲੱਭਣ ਗਏ ਨੇ। ਤੁਰੇ ਜਾ ਰਹੇ ਹਾਂ, 4-5 ਕਿਲੋਮੀਟਰ ਤੁਰ ਪਏ ਹਜੇ, ਯਾਰੇ ਬਨ ਬਹੁਤ ਦੂਰ ਆ ਰਹੇ, 60 ਕਿਲੋਮੀਟਰ ਆ ਬਾਈ, ਹੁਣ ਪਤਾ ਨਹੀਂ ਕੀ ਕਰਾਂਗੇ ਯਾਰ, ਔਖਾ ਹੋਇਆ ਪਿਆ, ਨਾ ਰੇਂਜ ਆ ਬਾਈ। ਆਹ ਦੇਖ ਲਓ, ਕਹਿੰਦੇ ਕਿਸੇ ਨੂੰ ਪੈਸੇ ਨਹੀਂ ਮਿਲਣੇ ਹੈਗੇ ਜਦ ਤੱਕ ਕੰਮ ਪੂਰਾ ਨਹੀਂ ਕਰਨਾ, ਕਿਸੇ ਕੋਲ ਰੁਪਈਆ ਨਹੀਂ ਹੈ, ਕਿਸੇ ਕੋਲ ਕੁਛ ਨਹੀਂ ਹੈ, ਸਭ ਅਸੀਂ ਕੰਮ, ਆਹ ਹਾਲ ਹੈ ਇਹਨਾਂ ਦੇ। ਆਹ ਦੇਖ ਲਓ ਭਾਈ, ਕੋਈ ਪੈਸਾ, ਕਿੰਨੇ ਪੈਸੇ ਮਿਲੇ? 1 ਰੁਪਿਆ ਕਿੰਨੇ ਦਿਨ ਹੋ ਗਏ? 20 ਦਿਨ ਹੋ ਗਏ, 20 ਦਿਨ ਹੋ ਗਏ ਭਾਜੀ। ਕਿੰਨੇ ਦਿਨ ਹੋਏ? 7-8 ਦਿਨ ਹੋ ਗਏ, ਖਾਣਾ ਵੀ ਨਹੀਂ ਖਾਇਆ, ਇੱਕ ਟਾਈਮ ਖਾਣਾ ਮਿਲਦਾ ਹੈ, ਭਾਈ ਕਿੰਨੇ ਦਿਨ ਹੋ ਗਏ ਕੰਮ ਕਰਦੇ, ਪੈਸਾ ਮਿਲਾ? ਨਹੀਂ ਮਿਲਾ, 7-8 ਦਿਨ ਹੋ ਗਏ। ਮਿਲਿਆ ਭਾਜੀ ਪੈਸਾ? ਨਹੀਂ ਭਾਜੀ, ਭੁੱਖੇ ਮਰ ਰਹੇ ਹਾਂ, ਕੀ ਕਰੀਏ, ਸਾਡੀ ਗੱਲ ਨਹੀਂ ਸੁਣਦੇ। ਹਰਮਿੰਦਰ ਸਿੰਘ ਆ ਸਰ। ਹਰਮਿੰਦਰ ਸਿੰਘ, ਕੀ ਹੋਇਆ, ਤੁਸੀਂ SSP ਦਫ਼ਤਰ ਪਹੁੰਚੇ ਹੋ? ਸਰ ਗੱਲ ਇਸ ਤਰ੍ਹਾਂ ਹੈ ਕਿ ਸਾਡੇ ਬੱਚੇ ਗੁਰਪ੍ਰੀਤ ਸਿੰਘ ਨਾਂ ਦਾ ਇੱਕ ਏਜੰਟ ਆ, ਉਹ ਰਹਿੰਦੇ ਮੋਹਾਲੀ, ਉਹਨਾਂ ਨੇ ਸਾਡੇ ਬੱਚਿਆਂ ਨਾਲ ਗੱਲ ਕੀਤੀ ਸੀ ਬਲਗਾਰੀਆ ਦੀ, ਵੀ ਅਸੀਂ ਤੁਹਾਡੇ ਬੱਚਿਆਂ ਨੂੰ ਬਲਗਾਰੀਆ ਭੇਜਾਂਗੇ, ਪਰ ਉਹਨਾਂ ਨੇ ਕਿਆ ਕੀਤਾ, ਬਲਗਾਰੀਆ ਦੀ ਜਗ੍ਹਾ ਉਹਨਾਂ ਨੂੰ ਅਰਮੀਨੀਆ ਭੇਜਤਾ। ਅਰਮੀਨੀਆ ਭੇਜਣ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਉੱਥੇ ਕਿ ਵੀ ਤੁਹਾਨੂੰ ਇੱਥੇ ਤੋਂ ਅੱਗੇ ਸ਼ਿਫਟ ਕਰ ਦਾਂਗੇ, ਅਸੀਂ ਦੂਸਰੀ ਕੰਟਰੀ ਭੇਜ ਦਾਂਗੇ, ਪਰ ਇੱਦਾਂ ਦਾ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਹੈ, ਉੱਪਰ ਉਹਨਾਂ ਨੂੰ ਡਰਾਬੇ ਮਾਰਦੇ ਨੇ ਉਹ ਜੋ ਵੀ ਉਹ। ਕਿੰਨੇ ਬੱਚੇ ਦੀ, ਕਿੰਨੇ ਪੈਸੇ 'ਚ ਗੱਲ ਹੋਈ ਸੀਗੀ? 4.5 ਲੱਖ 'ਚ ਗੱਲ ਹੋਈ ਤੀ ਜੀ, 2 ਬੱਚੇ ਨੇ, ਹਾਂ 1 ਬੱਚੇ ਦਾ 4.5 ਲੱਖ ਰੁਪਈਆ ਜੀ। ਫਿਰ ਉਸ ਤੋਂ ਬਾਅਦ ਜਿਹੜਾ ਉੱਥੇ ਦਾ ਏਜੰਟ ਸੀ ਜੀ, ਉਹਦਾ ਨਾਮ ਹੈਗਾ ਜੀ ਮਾਮਾ ਕਹਿੰਦੇ ਹਾਂ ਜੀ ਉਹਨੂੰ, ਠੀਕ ਹੈ ਜੀ, ਉਹਨੇ ਕਿਆ ਕੀਤਾ, ਉਹਦੇ ਕੋਲ ਬੱਚੇ ਗਏ ਅੱਗੇ, ਉਹਨੇ ਮਹੀਨਾ ਰੱਖੇ, ਮਹੀਨੇ ਤੋਂ ਬਾਅਦ ਉਹ ਵੀ ਕਹਿਣ ਲੱਗ ਗਿਆ ਕਿ ਮੈਨੂੰ ਪੇਮੈਂਟ ਨਹੀਂ ਮਿਲ ਰਹੀ, ਮੈਂ ਤੁਹਾਨੂੰ ਤੁਹਾਡੇ 'ਤੇ ਕਾਰਵਾਈ ਕਰਵਾ ਦੂੰਗਾ, ਤੁਹਾਨੂੰ ਅੰਦਰ ਕਰਵਾ ਦੂੰਗਾ। ਫਿਰ ਉਸ ਤੋਂ ਬਾਅਦ ਅਸੀਂ ਤੰਗ ਪਰੇਸ਼ਾਨ ਹੋ ਕੇ ਇੱਥੇ SSP ਸਾਹਿਬ ਦੇ ਆਏ ਹਾਂ ਜੀ, ਦਰਖਾਸਤ ਦੇਣ ਵਾਸਤੇ। ਜਿਹੜੇ ਬੱਚੇ ਨੇ ਤੁਹਾਡੇ, ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ? ਹਾਂਜੀ, ਗੱਲਬਾਤ ਹੋਈ। ਕੀ ਕਹਿ ਰਿਹਾ ਉਹਨਾਂ ਵੱਲੋਂ? ਉਹ ਸਾਨੂੰ ਕਹਿ ਰਹੇ ਆ ਕਿ ਅਸੀਂ ਇੱਥੇ ਰੋਟੀ ਪਾਣੀ ਤੋਂ ਵੀ ਔਖੇ ਹਾਂ, ਅਤੇ ਸਾਡੇ ਕੋਲ 5 ਤਰੀਕ ਤੱਕ ਦਾ ਟਾਈਮ ਦਿੱਤਾ ਗਿਆ ਏਜੰਟ ਵੱਲੋਂ। ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਉੱਥੇ ਫਸਿਆ? ਉੱਥੇ ਫਸਿਆ ਨੂੰ 3 ਮਹੀਨੇ ਹੋ ਗਏ ਜੀ, ਅੱਜ 4ਵਾਂ ਮਹੀਨਾ ਚੱਲ ਰਿਹਾ ਜੀ। SSP ਨੂੰ ਮਿਲਿਓ ਕੀ ਉਹਨਾਂ ਨੇ? ਨਹੀਂ, ਹਲੇ ਉਹਨਾਂ ਕੋਲ ਜਾਣਾ ਜੀ ਅਸੀਂ। ਉੱਥੇ ਉਹਨਾਂ ਕੋਲ ਕੋਈ ਕੰਮਕਾਰ ਕੋਈ ਮਿਲਿਆ ਕੁਛ? ਕੋਈ ਕੰਮ ਨਹੀਂ ਜੀ ਹੈਗਾ, ਟੁੱਟਵੀਂ ਦਿਹਾੜੀ ਮਿਲੀ ਸੀ ਉਹਨਾਂ ਨੇ, ਜਿੰਨਾ ਟਾਈਮ ਉੱਥੇ ਕੰਮ ਕੀਤਾ 1.5 ਮਹੀਨਾ, ਪਰ ਉਹਨਾਂ ਦੀ 1 ਰੁਪਈਆ ਵੀ ਉਹਨਾਂ ਨੂੰ ਨਹੀਂ ਮਿਲਿਆ ਸਮਾਂ 'ਤੇ, ਅਸੀਂ ਘਰ ਤੋਂ ਉਹਨਾਂ ਨੂੰ ਖਰਚਾ ਭੇਜ ਰਹੇ ਹਾਂ ਜੀ। ਉਹ ਕਹਿੰਦੇ ਅਸੀਂ ਏਜੰਟ ਨਾਲ ਗੱਲ ਕੀਤੀ ਵੀ ਸਾਡੇ ਬੱਚਿਆਂ ਨੂੰ ਜਾਂ ਤਾਂ ਵਾਪਸ ਬੁਲਾਓ, ਨਹੀਂ ਉੱਥੇ ਤੋਂ ਅੱਗੇ ਭੇਜੋ,
ਏਜੰਟ ਸਾਨੂੰ ਕਹਿ ਰਿਹਾ ਹੈ ਵੀ ਤੁਸੀਂ ਜਿਹੜਾ ਕੁਛ ਕਰਨਾ ਕਰੋ, ਚਾਹੇ ਕੋਰਟ ਜਾਓ ਕਚਹਿਰੀ ਜਾਓ, ਕਹਿੰਦਾ ਮੈਂ ਵੀ ਭੁੱਲਿਆ ਨਹੀਂ ਹੋਇਆ। ਜਿਵੇਂ ਇੰਨਾ ਹੁਣ ਇੰਨਾ ਚੱਲਦਾ ਵਾ, ਠੱਗੀ ਠੋਰੀ ਚੱਲਦੀ ਆ, ਏਜੰਟਾਂ ਦਾ ਪਹਿਲਾਂ ਆਪਾਂ ਪਤਾ ਲੈ ਲੈਂਦੇ ਹਾਂ ਕਿ ਰਿਸ਼ਤੇਦਾਰ ਦੀ ਆ ਤੁਹਾਡਾ ਏਜੰਟ? ਹਾਂਜੀ, ਉਹ ਰਿਸ਼ਤੇਦਾਰ ਸੀ ਜੀ, ਅਤੇ ਉਹ ਰਿਸ਼ਤੇਦਾਰੀ ਤੋਂ ਬਾਅਦ ਉਹਨਾਂ ਦੇ ਨਾਲ ਗੱਲਬਾਤ ਹੋਈ, ਉਹ ਗੱਗੜ ਮਾਜਰੇ ਘਰ ਆਏ ਜੀ। ਘਰ ਆ ਕੇ ਸਾਰੇ ਮੰਨ ਲਓ ਕਿ ਡਾਕੂਮੈਂਟ ਲੈ ਕੇ ਗਏ, ਪਾਸਪੋਰਟ ਲੈ ਕੇ ਗਏ। ਕੀ ਲੱਗਦੇ ਨੇ ਤੁਹਾਡੇ ਜਿਹੜੇ ਹੈਗੇ ਨੇ? ਇਹ ਮੇਰੇ ਮੰਮੀ ਨੇ ਜੀ। ਹਾਂਜੀ, ਅਤੇ ਗਾਹਾਂ ਉਹ ਇਹਨਾਂ ਦੇ ਰਿਸ਼ਤੇਦਾਰ ਨੇ ਜੀ, ਜਿਨ੍ਹਾਂ ਨੇ ਮੰਨ ਲਓ ਕਿ ਸਾਡੇ ਬਾਹਰ ਫਸੇ ਨੇ ਜਾ ਕੇ। ਹਾਂਜੀ, ਉਹ ਮੇਰੇ ਬ੍ਰਦਰ ਨੇ, ਛੋਟੇ ਬ੍ਰਦਰ ਨੇ, ਸਾਲਾ ਲੱਗਦੇ। ਹਾਂਜੀ, ਕਿੰਨੇ ਮੁੰਡੇ ਨੇ ਜਿਹੜੇ ਬਾਹਰ ਫਸੇ ਹੋਏ? ਉੱਥੇ ਦੋ ਜਣੇ ਆ ਜੀ। ਕੀ ਨਾਮ ਕੀ ਉਹਨਾਂ ਦਾ? ਇੱਕ ਦਾ ਨਾਮ ਮਨਦੀਪ ਆ ਜੀ, ਇੱਕ ਦਾ ਨਾਮ ਜੱਗੀ ਆ ਜੀ, ਜਗਜੀਤ। ਇੱਕ ਹੈਗਾ ਜੀ ਗੱਗੜ ਮਾਜਰੇ ਦਾ ਰਹਿਣ ਵਾਲਾ ਜੀ, ਇੱਕ ਜਲੌਦ ਦੇ ਆ ਜੀ। ਬਲਗਾਰੀਆ ਦੀ ਲਵਾਇਆ ਸੀ ਵੀਜ਼ਾ, ਬਲਗਾਰੀਆ ਤੋਂ ਓਹਨੇ ਅਰਮੀਨੀਆ ਭੇਜ ਦਿੱਤੇ। ਹਾਂਜੀ, ਸਾਡੇ ਤੋਂ 4.5-4 ਲੱਖ ਰੁਪਇਆ ਲੈ ਲਿਆ ਜੀ। ਸਾਡੇ ਬੱਚੇ ਉੱਧਰ ਭੁੱਖੇ ਮਰਦੇ ਨੇ, ਸਾਡੇ ਬੱਚਿਆਂ ਦੀ ਕੋਈ ਰਿਸਪੋਂਸੀਬਿਲਟੀ ਨਹੀਂ। ਉਹ ਹੈਗਾ ਜੀ ਮੋਹਾਲੀ ਦਾ ਗੁਰਪ੍ਰੀਤ ਸਿੰਘ ਭੁੱਲਰ। ਹਾਂਜੀ, ਉਹਦੇ ਨਾਲ ਗੱਲਬਾਤ ਹੋਈ ਤੁਹਾਡੀ? ਅਸੀਂ ਸਾਡੇ ਨਾਲ ਗੱਲਬਾਤ ਅਸੀਂ ਕੀਤੀ ਸੀ, ਸਾਨੂੰ ਧਮਕੀਆਂ ਦੇ ਰਿਹਾ ਜੀ। ਹਾਂਜੀ, ਬੇਟੇ ਨਾਲ ਗੱਲ ਹੋ ਜਾਂਦੀ ਹੈ। ਬੇਟਾ ਕਹਿੰਦਾ ਜੀ ਅਸੀਂ ਭੁੱਖੇ ਮਰਦੇ ਹਾਂ, ਸਾਨੂੰ ਕੋਈ ਕੰਮ ਨਹੀਂ, ਜੇ ਕੋਈ ਅਸੀਂ ਕੰਮ ਦੀ ਦਿਹਾੜੀ ਲਾਉਂਦੇ ਵੀ ਆ, ਸਾਨੂੰ ਕੋਈ ਪੈਸਾ ਨਹੀਂ ਮਿਲਦਾ ਹੈਗਾ, ਸਾਨੂੰ ਅਸੀਂ ਭੁੱਖੇ ਮਾਰ ਰਹੇ ਹਾਂ ਜੀ। ਤੁਹਾਡੇ ਕਿੰਨੇ ਪੈਸੇ ਲੱਗੇ ਸੀਗੇ? ਤੁਹਾਡੇ ਸਾਡੇ 4.5 ਲੱਖ ਰੁਪਇਆ ਸਾਡੇ ਤੋਂ ਲਿਆ ਜੀ। ਤੁਸੀਂ ਸਾਰਾ ਜਦੇ ਦਿੱਤਾ ਸੀ? ਅਸੀਂ ਨਾ ਜੀ, ਅਸੀਂ ਦੂਜੇ ਲੋਟ ਪਵਾਏ ਨੇ, ਅਸੀਂ ਜਿਵੇਂ ਬੈਂਕ ਰਾਹੀਂ ਦੂਜੇ ਲੋਟ ਕੁਛ ਅਸੀਂ ਕੈਸ਼ ਦਿੱਤਾ। ਹੁਣ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਕਹਿੰਦੇ ਹਾਂ ਸਾਡੇ ਬੱਚਿਆਂ ਨੂੰ ਜਾਂ ਤਾਂ ਉਹ ਕਰੇ ਆਪਣਾ ਹੋਰ ਪਾਸੇ ਸ਼ਿਫਟ ਕਰੇ, ਨਹੀਂ ਫਿਰ ਸਾਡੇ ਬੱਚੇ ਸਾਨੂੰ ਵਾਪਸ ਸਾਡੇ ਰਕਮ ਹੱਥ 'ਤੇ ਧਰੇ, ਠੀਕ ਆ ਨਹੀਂ? ਹਾਂਜੀ, ਸਾਡੇ ਬੱਚੇ ਉੱਧਰ ਬਹੁਤ ਤੰਗ ਨੇ ਜੀ, ਭੁੱਖੇ ਮਾਰ ਰਹੇ ਨੇ ਸਾਡੇ ਬੱਚੇ ਇਸ ਟਾਈਮ। ਕੀ ਨਾਮ ਹੈ? ਮੇਰਾ ਨਾਮ ਕਰਮਜੀਤ ਕੌਰ ਹੈ ਜੀ। ਕਿਹੜਾ ਪਿੰਡ ਆ ਤੁਹਾਡਾ? ਕੱਗੜ ਮਾਜਰਾ ਜੀ ਪਿੰਡ ਮੇਰਾ। ਤੁਸੀਂ ਐਸਐਸਪੀ ਦਫ਼ਤਰ ਪਹੁੰਚੋ, ਕੀ ਕਹੋ, ਕਿਆ ਕਿਉਂ? ਮੇਰਾ ਬੇਟਾ ਜੀ, ਸਾਡੀ ਮਾਮਾ ਜੀ ਦੀ ਉਹ ਕੁੜੀ ਆ ਜੀ ਜਿਹੜੇ ਜੰਟਪਣਾ ਕਰਦੇ ਆ ਜੀ। ਮੈਂ ਜੀ ਫੈਕਟਰੀ 'ਚ ਕੰਮ ਕਰਦੀ ਸੀ ਜੀ, ਮੇਰੇ ਘਰ ਆ ਕੇ ਕਹਿੰਦੀ 30-32 ਸਾਲ ਬਾਅਦ ਜੀ ਮੈਨੂੰ ਮਿਲੀ ਆ ਉਹ, ਮੈਨੂੰ ਕਹਿੰਦੀ ਤੂੰ ਕਿੰਨਾ ਕੁ ਟਾਈਮ ਫੈਕਟਰੀ 'ਚ ਕੰਮ ਕਰੀ ਜਾਏਂਗੀ, ਤੇਰੇ ਘਰ ਦੀ ਗਰੀਬੀ ਮੈਂ ਦੂਰ ਕਰੂੰਗੀ, ਤੇਰੇ ਮੁੰਡੇ ਨੂੰ ਬਾਹਰ ਭੇਜੂੰਗੀ ਜੀ। ਅਤੇ ਮੈਂ ਚੱਲ, ਮੈਂ ਮੁੰਡਾ ਤਾਂ ਜੀ ਮੇਰਾ ਕਈ ਸਾਲ ਕਹੀ ਗਿਆ ਮੈਨੂੰ ਵੀ ਮੰਮੀ ਮੈਨੂੰ ਬਾਹਰ ਭੇਜ ਦੇ, ਮੈਂ ਮੰਨਦੀ ਨਹੀਂ ਤੀ ਹੈਗੀ ਜੀ, ਪਰ ਇਹ ਰਿਸ਼ਤੇਦਾਰੀ ਕਰਕੇ ਜੀ ਮੈਨੂੰ ਮੰਨਣਾ ਪੈ ਗਿਆ। ਮੈਂ ਚੱਲ ਕੋਈ ਨਾ, ਰਿਸ਼ਤੇਦਾਰੀ ਆ, ਭੇਜ ਦੂੰਗੀ। 4.5 ਲੱਖ ਰੁਪਇਆ ਲੈ ਲਿਆ ਜੀ ਉਹਨੇ ਸੱਤੇ। ਮੈਂ ਤਾਂ ਜੀ ਕੁੜੀਆਂ ਦੀਆਂ ਟੂਮਾਂ ਵੀ ਬੈਂਕ 'ਚ ਰੱਖੀ ਬੈਠੀਆਂ ਜੀ, ਬੋਲਟ ਮੁੰਡੇ ਦਾ ਉਹ ਵੇਚਤਾ ਜੀ, ਲੋਨ ਮੈਂ ਲੈ ਕੇ 4.5 ਲੱਖ ਰੁਪਇਆ ਪੂਰਾ ਕਰਕੇ ਜੀ ਦਿੱਤਾ ਉਹਨੂੰ। ਤੇ ਅੱਜ ਜੀ ਮੁੰਡਾ ਮੇਰਾ ਉੱਧਰ ਫਸਿਆ ਬੈਠਾ, ਰੋਟੀ ਪਾਣੀ ਤੇ ਵੀ ਭੁੱਖੇ ਤੇ ਆਏ ਬੈਠੇ। ਤੁਹਾਡਾ ਮੁੰਡਾ, ਉਹਦਾ ਨਾਮ ਕੀ ਆ? ਮਨਦੀਪ ਸਿੰਘ ਆ ਜੀ ਉਹਦਾ ਨਾਮ। ਓਕੇ, ਕਿੰਨਾ ਚਿਰ ਹੋ ਗਿਆ ਉਹਨੂੰ ਟੋਟਲ ਗਏ ਨੂੰ? ਉਹਨੂੰ ਜੀ 4.5 ਮਹੀਨਾ ਲੱਗ ਗਿਆ ਜੀ ਗਏ ਨੂੰ। ਹੁਣ ਤੁਹਾਡੀ ਉਹਦੇ ਨਾਲ ਗੱਲ ਹੁੰਦੀ ਆ? ਹਾਂਜੀ, ਗੱਲ ਹੁੰਦੀ ਆ। ਕੀ ਕਹਿ ਜਾ ਰਿਹਾ ਉਹਦੇ ਵੱਲੋਂ? ਉਹ ਜੀ ਕਹਿੰਦਾ ਸਾਨੂੰ ਵੀ ਮੰਮੀ ਅਸੀਂ ਭੁੱਖੇ ਤੇ ਆਏ ਬੈਠੇ ਆ, ਨਾ ਸਾਨੂੰ ਕੋਈ ਕੰਮ ਦਾ ਪੈਸਾ ਮਿਲਦਾ ਜੀ। ਕਮਰੇ 'ਚੋਂ 10 ਕਮਰੇ ਰੂਮ ਚੇਂਜ ਕਰਤੇ ਜੀ, ਵੀ ਉਹ ਕਮਰੇ 'ਚੋਂ ਸਾਨੂੰ 4 ਦਿਨਾਂ ਬਾਅਦ ਰਾਤਾਂ ਨੂੰ ਵੀ ਬਾਹਰ ਕੱਢ ਦਿੰਦੇ ਆ ਜੀ, ਅਸੀਂ ਸੜਕਾਂ 'ਤੇ ਰਾਤਾਂ ਕੱਟਦੇ ਹਾਂ ਜੀ। ਜਿਹੜਾ ਰਿਸ਼ਤੇਦਾਰ ਆ ਤੁਹਾਡਾ ਏਜੰਟ, ਉਹਦੇ ਨਾਲ ਗੱਲਬਾਤ ਹੋਈ? ਹਾਂਜੀ ਹੋਈ ਆ ਜੀ, ਸਾਡੇ ਨਾਲ ਉੱਤੋਂ ਬਹਿਸ ਕਰਦਾ ਜੀ, ਕਹਿੰਦੇ ਕੋਰਟ ਕਚਹਿਰੀਆਂ ਦੁਨੀਆ ਲਈ ਹੀ ਬਣੀਆਂ ਹੋਈਆਂ ਹੈ, ਕਰ ਲਓ ਕੀ ਕਰ ਸਕਦੇ ਹੋ, ਮੇਰੇ ਤਾਂ ਹੱਥ ਖੜੇ ਆ, ਜਿਹੜਾ ਕੁਛ ਥੋਤੇ ਹੁੰਦਾ ਤੁਸੀਂ ਕਰ ਲਓ। ਜਿਹੜੇ ਮੁੰਡੇ ਤੁਹਾਡੇ ਬਾਹਰ ਗਏ ਨੇ ਉਹਨਾਂ ਵੱਲੋਂ ਫਿਰ ਹੁਣ ਕੀ ਕਿਹਾ ਆਖਰ? ਉਹ ਕਹਿੰਦੇ ਜੀ ਜਾ ਸਾਨੂੰ ਗਾਹਾਂ ਅੱਗੇ ਕਰੇ, ਨਹੀਂ ਸਾਨੂੰ ਵਾਪਸ ਬੁਲਾਵੇ, ਸਾਡੇ ਪੈਸੇ ਸਾਡੇ ਵਾਪਸ ਕਰੇ ਜੀ।
ਜਸਟ ਮੇਰੇ ਕੋਲ ਆ ਦੋ ਐਪਲੀਕੇਸ਼ਨ ਆਈਆਂ ਨੇ, ਇੱਕ ਕਰਮਜੀਤ ਕੌਰ ਵੱਲੋਂ ਅਤੇ ਇੱਕ ਜਸਵੀਰ ਕੌਰ ਵੱਲੋਂ। ਇਹਨਾਂ ਦੇ ਬੱਚੇ ਸੀਗੇ, ਇਹਨਾਂ ਨੂੰ ਕੋਈ ਗੁਰਪ੍ਰੀਤ ਸਿੰਘ ਭੁੱਲਰ ਨਾਮ ਦਾ ਕੋਈ ਏਜੰਟ ਸੀਗਾ ਮੋਹਾਲੀ ਦਾ, ਉਹਨੇ ਬੁਲਗਾਰੀਆਂ ਦਾ ਕਹਿ ਕੇ ਅਰਮੀਨੀਆ ਭੇਜਤਾ। ਮੇਰੇ ਕੋਲ ਐਪਲੀਕੇਸ਼ਨ ਆਈਆਂ ਨੇ ਜਿਨ੍ਹਾਂ ਦੀ ਅਸੀਂ ਪੜਤਾਲ ਕਰ ਰਹੇ ਹਾਂ, ਅਤੇ ਸਾਰੇ ਡਾਕੂਮੈਂਟਸ ਵਗੈਰਾ ਮੰਗੇ ਨੇ। ਡਾਕੂਮੈਂਟਸ ਵੇਖ ਕੇ ਇਹੀ ਪਤਾ ਲੱਗੂਗਾ ਵੀ ਅਸਲ 'ਚ ਮੈਟਰ ਕੀ ਹੈਗਾ, ਇਸ ਦੀ ਪੜਤਾਲ ਕਰ ਰਹੇ ਹਾਂ। ਜਿਸ ਤਰ੍ਹਾਂ ਦਾ ਵੀ ਮੈਟਰ ਹੋਊਗਾ ਉਸ ਤਰ੍ਹਾਂ ਦੀ ਕਾਰਵਾਈ ਕਰੋ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਅਜਿਹੇ 'ਚ ਦੇਖਣਾ ਹੋਵੇਗਾ ਕਿ ਅਰਮੀਨੀਆ 'ਚ ਫਸੇ ਨੌਜਵਾਨਾਂ ਨੂੰ ਭਾਰਤ ਸਰਕਾਰ ਕਦੋਂ ਤੱਕ ਬਾਹਰ ਕੱਢ ਲਿਆ ਪਾਵੇਗੀ। ਹਕੀਕੀ ਟੀ ਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ।